ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ। ਗੱਲਾਂ ਬਾਤਾਂ ਚੱਲ ਰਹੀਆਂ ਨੇ ਮਿੱਕੂ ਸਿੰਘ ਦੇ ਨਾਲ। ਮਿੱਕੂ ਜੀ, ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਐਜ਼ ਏ ਸਿੰਗਰ ਕਿਉਂ ਨਹੀਂ ਤੁਸੀਂ ਆਉਂਦੇ? ਐਕਚੁਅਲੀ ਮੈਂ ਮਾਰਕੀਟ 'ਚ ਆਪਣੇ ਆਪ ਨੂੰ ਐਜ਼ ਏ ਮਿਊਜ਼ਿਕ ਡਾਇਰੈਕਟਰ ਹੀ ਫੋਕਸ ਕਰਕੇ ਇਸਟੈਬਲਿਸ਼ ਕਰਨਾ ਚਾਹੁੰਦਾ ਹਾਂ, ਕਿਉਂਕਿ ਮੇਰੀ ਥਿੰਕ ਇਹ ਹੈ ਕਿ ਜੇ ਆਪਾਂ ਬਹੁਤੀਆਂ ਬੇੜੀਆਂ ਦੇ ਸਵਾਰ ਹੋਵਾਂਗੇ ਤਾਂ ਬੇੜਾ ਪਾਰ ਨਹੀਂ ਹੋਣਾ। ਸੋ ਮੈਂ ਮਿਊਜ਼ਿਕ ਡਾਇਰੈਕਟਰ ਦੇ ਨਾਲ ਆਪਾਂ ਅੱਗੇ ਵੱਧ ਰਹੇ ਹਾਂ, ਕਿਉਂਕਿ ਕਿਤੇ ਨਾ ਕਿਤੇ ਹੋ ਜਾਂਦਾ ਹੈ ਮਿਊਜ਼ਿਕ ਤੁਸੀਂ ਜਦੋਂ ਬਣਾਉਂਦੇ ਹੋ ਜੀ ਔਰ ਉਹਨੂੰ ਸੁਣਦੇ ਹੋ ਜੀ, ਸੁਣਦਿਆਂ ਸੁਣਦਿਆਂ ਕਿਤੇ ਨਾ ਕਿਤੇ ਮਨ ਕਰਦਾ ਹੈ ਕਿ ਯਾਰ ਬਣਾਉਂਦਿਆਂ ਬਣਾਉਂਦਿਆਂ ਦਾ ਸਿੰਗਰ ਬੰਦਾ ਬਣ ਜਾਂਦਾ। ਓਬਵੀਅਸਲੀ ਕਰਦਾ ਹੈ ਜੀ, ਕਰਦਾ ਹੈ, ਕਿਸੇ ਵੇਲੇ ਤੇ ਬਹੁਤ ਕਰਦਾ ਵੀ ਜੋ ਅੱਜ ਕੱਲ ਮਾਰਕੀਟ 'ਚ ਚੱਲ ਰਿਹਾ ਤੇ ਕਿਉਂ ਨਹੀਂ ਮੈਂ ਵੀ ਕਰ ਸਕਦਾ ਹਾਂ। ਅੱਜ ਦੀ ਡੇਟ ਦੇ ਵਿੱਚ ਬੰਦਾ ਰਾਈਟਰ ਵੀ ਆ, ਸਿੰਗਰ ਵੀ ਆ, ਮਲਟੀ ਟੈਲੈਂਟਡ ਪਰਸਨੈਲਿਟੀ ਆ, ਮਿਊਜ਼ਿਕ ਵੀ ਆਪੇ ਕਰੀ ਜਾਂਦਾ ਔਰ ਮੋਸਟ ਪ੍ਰੋਬੇਬਲੀ ਕਈ ਤਾਂ ਵੀਡੀਓ ਵੀ ਖੁਦ ਹੀ ਕਰੀ ਜਾ ਰਹੇ ਨੇ ਔਰ ਕਿਤੇ ਨਾ ਕਿਤੇ ਲੱਗਦਾ ਕਿ ਚਲੋ ਇੱਕ ਜਗ੍ਹਾ ਨਹੀਂ ਬੰਦਾ ਹਿੱਟ ਹੋ ਰਿਹਾ ਤਾਂ ਦੂਸਰੀ ਜਗ੍ਹਾ ਤੇ ਹੋ ਜਾਏਗਾ। ਕੀ ਖਿਆਲ ਆ ਤੁਹਾਡਾ ਇਸ ਬਾਰੇ? ਖਿਆਲ ਬਹੁਤ ਅੱਛਾ ਹੈ ਜੀ, ਕਈਆਂ ਨੇ ਐਸੇ ਤਕਨੀਕ ਅਪਣਾਈ ਵੀ ਹੈ ਬਟ ਕਿਸੇ ਹੱਦ ਤੱਕ ਸਾਰਿਆਂ ਲਈ ਇਹ ਚੀਜ਼ ਫੱਲੀ ਵੀ ਨਹੀਂ ਹੈ, ਐਪਲੀਕੇਬਲ ਨਹੀਂ ਹੈਗੀ, ਨਹੀਂ ਹੋਈ। ਕੋਈ ਬੰਦਾ ਕਿਸ ਚੀਜ਼ ਲਈ ਹੁੰਦਾ, ਕੋਈ ਚੀਜ਼ ਬੰਦਾ ਕਿਸੇ ਚੀਜ਼ ਲਈ ਨਹੀਂ ਵੀ ਹੁੰਦਾ ਜੀ। ਸੋ ਇਸ ਕਰਕੇ ਮੇਰਾ ਹਾਲੇ ਫੋਕਸ ਜਿਹੜਾ ਪ੍ਰੋਪਰਲੀ ਇਸਟੈਬਲਿਸ਼ ਮਿਊਜ਼ਿਕ ਡਾਇਰੈਕਟਰ, ਦੈਟਸ ਇਟ। ਔਰ ਤੁਸੀਂ ਮਿਊਜ਼ਿਕ ਡਾਇਰੈਕਸ਼ਨ ਤੋਂ ਪਹਿਲਾਂ ਟ੍ਰੇਨਿੰਗ ਲਈ ਹੈ ਕੋਈ ਕਿਸੇ ਕੋਲੋਂ? ਹਾਂਜੀ, ਮੈਂ ਤੁਹਾਨੂੰ ਦੱਸਿਆ ਸੀ ਮੈਂ ਦਿੱਲੀ ਤੋਂ, ਮੇਰੇ ਰਿਲੇਸ਼ਨ 'ਚ ਹੈਗੇ ਨੇ, ਮੇਰੇ ਫਰੈਂਡ ਨੇ ਉਹ ਓਂਕਾਰ ਪ੍ਰਸੰਨਾ ਜੀ, ਮੈਂ ਉਹਨਾਂ ਕੋਲੋਂ ਸਟੂਡੀਓ ਦੀ ਜਿਹੜੀਆਂ ਜੋ ਬਰੀਕੀਆਂ ਉਹ ਮੈਂ ਉਹਨਾਂ ਕੋਲ ਲਈਆਂ ਨੇ ਜੀ। ਕਿੰਨਾ ਟਾਈਮ ਤੁਸੀਂ ਜਿਹੜਾ ਵਾ ਉਹ ਸੰਗੀਤ ਨੂੰ ਦੇ ਦਿੰਦੇ ਹੋ ਹਰ ਰੋਜ਼? ਰਿਆਜ਼ ਤਾਂ ਚਲੋ ਸਿੰਗਰਸ ਲਈ ਹੁੰਦਾ ਆ ਜੀ, ਬਟ ਮਿਊਜ਼ਿਕ ਡਾਇਰੈਕਸ਼ਨ ਦੇ ਵਿੱਚ ਵੀ ਕੁਝ ਇਸ ਤਰ੍ਹਾਂ ਦੀ ਚੀਜ਼ ਹੁੰਦੀ ਹੈ ਜਿਹੜੀ ਮਿਊਜ਼ਿਕ ਨੂੰ ਤੁਹਾਨੂੰ ਅੱਗੇ ਲਿਜਾਣ ਵਾਸਤੇ ਕੋਈ ਕਾਰਗਰ ਹੁੰਦੀ? ਦੇਖੋ ਜੀ, ਇਸ ਤਰ੍ਹਾਂ ਕਿ ਟਾਈਮਿੰਗ ਦੀ ਕੋਈ ਬਾਉਂਡੇਸ਼ਨ ਨਹੀਂ ਹੈ ਕਿ ਮੈਂ ਸੋਚਾਂ ਕਿ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਮੈਂ ਸਟੂਡੀਓ ਹੈਗਾ ਹੀ ਹੈਗਾ ਜਾਂ ਮੈਂ ਆਪਣੇ ਕੰਟਰੋਲ ਰੂਮ 'ਚ ਬੈਠਾਂ, ਬਟ ਸਾਡੀ ਇੱਦਾਂ ਕੁਛ ਨਹੀਂ ਹੈ। ਸਾਡੇ ਜਿਹੜਾ ਸਾਡਾ ਵਰਕ ਚੱਲਣਾ ਉਹ ਸਾਡੇ ਮਾਇੰਡ 'ਤੇ ਚੱਲਣਾ, ਜਦੋਂ ਸਾਡਾ ਮਾਇੰਡ ਕਰੇਗਾ ਆਪਾਂ ਉਦੋਂ ਹੀ ਕ੍ਰੀਏਟੀਵਿਟੀ ਦਿਖਾ ਪਾਵਾਂਗੇ, ਆਪਾਂ ਸਾਰਾ ਦਿਨ ਸਟੂਡੀਓ ਬੈਠੇ ਰਹੀਏ ਉਹ ਕੰਮ ਨਹੀਂ ਹੋਣਾ। ਕੰਮ ਉਦੋਂ ਹੋਣਾ ਜਦੋਂ ਸਾਡੇ ਮਾਇੰਡ ਨੇ ਵਰਕ ਕਰਨਾ, ਉਹ ਚਾਹੇ ਰਾਤ ਦੇ 3 ਵਜੇ ਉੱਠ ਕੇ ਆਪਾਂ ਕਰਨਾ ਸ਼ੁਰੂ ਕਰ ਦਈਏ, ਚਾਹੇ ਸਵੇਰੇ ਆਪਾਂ 5 ਵਜੇ ਉੱਠ ਕੇ ਕਰਨਾ ਸ਼ੁਰੂ ਕਰ ਦਈਏ, ਚਾਹੇ ਆਪਾਂ ਦੁਪਹਿਰੇ 12 ਵਜੇ ਸ਼ੁਰੂ ਕਰ ਦਈਏ, ਉਹ ਡਿਪੈਂਡ ਕਰਦਾ ਮਾਇੰਡ ਕਦੋਂ ਵਰਕ ਕਰੇਗਾ। ਜਦੋਂ ਮਾਇੰਡ 'ਚ ਕੋਈ ਚੀਜ਼ ਕਲਿੱਕ ਕਰਨੀ ਹੈ ਉਦੋਂ ਹੀ ਕੰਮ ਸ਼ੁਰੂ ਹੋਣਾ। ਔਰ ਤੁਸੀਂ ਗਾਣੇ ਦੇ ਵਿੱਚ ਰੈਪ ਖੁਦ ਲਗਾ ਦਿੰਦੇ ਹੋ ਕਈ ਵਾਰ, ਜਿਸ ਤਰ੍ਹਾਂ ਸਿੰਗਰ ਤੁਹਾਡੇ ਕੋਲ ਗਾਣਾ ਲੈ ਕੇ ਆਉਂਦਾ ਤੁਹਾਨੂੰ ਲੱਗਦਾ ਕਿ ਇੱਥੇ ਰੈਪ ਲੱਗ ਸਕਦਾ ਹੈ ਔਰ ਤੁਸੀਂ ਖੁਦ ਹੀ ਉਹਦੇ ਲਈ ਰੈਪ ਕ੍ਰੀਏਟ ਕਰ ਦਿੰਦੇ? ਜੀ ਜੀ ਜੀ। ਔਰ ਇਹ ਕਿਸ ਤਰ੍ਹਾਂ ਸਾਰਾ ਕਿਸ ਤਰ੍ਹਾਂ ਤੁਸੀਂ ਕਰਦੇ ਹੋ ਕਿ ਆਪੇ ਰੈਪ ਕ੍ਰੀਏਟ ਕਰਨਾ? ਹਾਂਜੀ, ਐਕਚੁਅਲੀ ਜਿਹੜੇ ਕਿਸੇ ਵੇਲੇ ਕੋਈ ਚੀਜ਼ ਲੱਗਦੀ ਹੈ ਕਿ ਮਾਰਕੀਟ 'ਚ ਚੱਲਦੇ ਆ ਟਰੈਕ ਇਹੋ ਜਿਹਾ, ਕੁਛ ਨਵੀਂ ਚੀਜ਼ ਆਈ ਹੈ ਰੀਸੈਂਟਲੀ, ਮੈਂ ਤੁਹਾਨੂੰ ਗੱਲ ਦੱਸਦਾ ਕਿਵੇਂ ਕੋਈ ਟਰੈਕ ਆਇਆ ਸੀਗਾ ਬਹੁਤ ਅੱਛਾ, ਲੋਕਾਂ ਨੇ ਪਸੰਦ ਕੀਤਾ ਸੀ ਫੁਕਰੀ ਜੀ, ਜੋ ਬਹੁਤ ਅੱਛਾ ਹਿੱਟ ਗਿਆ ਸੀ ਆਪਣੇ ਟਾਈਮ 'ਤੇ। ਸੋ ਉਸ ਟਰੈਕ ਵਿੱਚ ਮੈਂ ਐਜ਼ ਏ ਰੈਪਰ ਵੀਡੀਓ 'ਚ ਵੀ ਮੈਂ ਸੀਗਾ ਔਰ ਟਰੈਕ ਅੱਛਾ ਸੀਗਾ ਉਹਦਾ। ਮੈਂ ਤੁਹਾਨੂੰ ਦੋ ਲਾਈਨਾਂ ਸੁਣਾਉਣਾ ਉਹ ਰੈਪ ਦੀਆਂ ਜੀ। ਉਹ ਸੀਗਾ, ਯਾਰੀ ਲਾਉਣ ਤੋਂ ਪਹਿਲਾਂ ਤੂੰ ਲੰਡੇ ਵਾਲੇ ਪਾਉਂਦੀ ਰਹੀ, ਟੁੱਟੇ 33-10 ਚ ਰਿਚਾਰਜ ਵੀ ਕਰਾਉਂਦੀ ਰਹੀ, ਯਾਰਾਂ ਨੇ ਸੀ ਲੈ ਕੇ ਦਿੱਤਾ ਨਵਾਂ ਆਈਫੋਨ, ਕੌਣ ਜਦੋਂ ਕਰੀਏ ਹੁਣ ਪੁੱਛਦੀ ਹੈ ਤੂੰ ਕੌਣ, ਤੈਨੂੰ ਕਾਰਾਂ 'ਚ ਘੁਮਾਇਆ ਤਾਂ ਸਤਾਰਾ ਵੀ ਦਿਖਾਇਆ, ਖੂਬ ਐਸ਼ ਵੀ ਕਰਾਇਆ, ਬੱਲੇ ਕੱਖ ਵੀ ਨਹੀਂ ਆਇਆ, ਸੁੱਕਰੀਏ ਨਹੀਂ ਫੁੱਕਰੀਏ ਤੂੰ ਫੁੱਕਰੀ ਰਹੀ ਮਾਰਦੀ, ਕਾਮੇ ਜਿਹੇ ਲੈਣ ਲੁੱਟ ਵੀ ਤੇਰਾ ਤੇ ਭਾਲਦੀ, ਮੁੰਡਿਆਂ ਨੂੰ ਦੇ ਵਾਲੀਏ ਨਿੱਤ ਦਿਲ, ਸ਼ਰਮ ਹਿਆ ਲੱਗਦਾ ਹੋ ਗਈ ਤੇਰੀ ਕਿੱਲ, ਪਾਣੇ ਵਿੱਚ ਸੁੱਟੀ ਰੱਖੀ ਮਿੱਤਰ ਪਰ ਦਿਲ ਵਾਲੇ ਟਾਵਰਾਂ ਤੋਂ ਆਊਟ ਹੋ ਗਈ ਰੇਂਜ ਸੀ, ਇਸ ਤਰ੍ਹਾਂ ਦਾ ਮਤਲਬ, ਕਿਉਂਕਿ ਉਹ ਗਾਣੇ ਜਿਹੜੇ ਲਵ ਸੀਗੇ, ਬੋਲ ਸੀਗੇ, ਉਹ ਇੱਕ ਲਵਰ ਵੱਲੋਂ, ਇੱਕ ਫਰੈਂਡ ਵੱਲੋਂ ਆਪਣੀ ਗਰਲਫਰੈਂਡ ਨੂੰ ਬੋਲਿਆ ਗਿਆ ਸੀਗਾ ਵੀ ਤੂੰ ਮੈਨੂੰ ਛੱਡ ਕੇ ਕਿਸੇ ਹੋਰ ਨੂੰ ਗਈ ਹੈ, ਉਹਦੇ ਬਿਹਾਫ 'ਤੇ ਥੀਮ 'ਤੇ ਕੰਸੈਪਟ ਰੈਡੀ ਕੀਤਾ ਸੀਗਾ। ਸੋ ਜਿਹੜੇ ਰੈਪ ਮੈਂ ਕਰਦਾ ਹਾਂ ਆਪਣੇ ਗਾਣਿਆਂ ਵਿੱਚ, ਉਹ ਮੇਰੇ ਲਿਰਿਕਸ ਆਪਣੇ ਹੀ ਖੁਦ ਦੇ ਹੀ ਹੁੰਦੇ ਨੇ, ਮੈਂ ਕਿਸੇ ਕੋਲ ਨਹੀਂ ਲਿਖਾਂਦਾ ਜੀ। ਬਿਲਕੁਲ। ਔਰ ਤੁਹਾਡੀ ਲਾਈਫ ਦੇ ਵਿੱਚ ਕਿੰਨਾ ਟਫ ਟਾਈਮ ਰਿਹਾ? ਟਫ ਟਾਈਮ ਮੈਡਮ ਸਾਰਿਆਂ ਦੀ ਲਾਈਫ 'ਚ ਹੁੰਦਾ ਹੈ, ਕਿਸੇ ਕੋਈ ਐਸਾ ਇਨਸਾਨ ਨਹੀਂ ਹੈ ਜਿਹਦੀ ਲਾਈਫ 'ਚ ਟਫ ਟਾਈਮ ਨਹੀਂ ਹੁੰਦਾ। ਜਿਹੜਾ ਟਫ ਟਾਈਮ ਹੁੰਦਾ ਉਹੀ ਤੁਹਾਨੂੰ ਸਿਖਾਉਂਦਾ ਕਿ ਤੁਸੀਂ ਜ਼ਿੰਦਗੀ ਨੂੰ ਕਿਸ ਤਰ੍ਹਾਂ ਜੀਣਾ ਆਪਣੇ, ਉਸੇ ਟਾਈਮ 'ਚ ਤੁਹਾਨੂੰ ਪਤਾ ਲੱਗਦਾ ਕੌਣ ਤੁਹਾਡੇ ਆਪਣੇ ਹੈ
ਕੌਣ ਆਪਣੇ ਬਗਾਨੇ ਹੈ। ਸੋ ਲਾਈਫ ਵਿੱਚ ਸਾਰਿਆਂ ਨੂੰ ਸਟਰਗਲ ਕਰਨਾ ਪੈਂਦਾ, ਟਫ ਟਾਈਮ ਸਾਰਿਆਂ ਲਈ ਆਉਂਦਾ। ਤੁਸੀਂ ਕਿਹੜੇ 뮤직 ਡਾਇਰੈਕਟਰ ਨੂੰ ਫੋਲੋ ਕਰਦੇ ਹੋ? ਜੀ ਮੈਂ ਮੈਡਮ ਜਿਹਨੇ ਵੀ ਐਕਚੁਅਲੀ ਜਿਨ੍ਹਾਂ ਨੂੰ ਮੈਂ ਆਪਣਾ ਆਈਡਲ ਮੰਨਦਾ ਹਾਂ, ਖੈਰ ਮੈਂ ਕਿਸੇ ਨੂੰ ਮੈਂ ਉਸਤਾਦ ਨਹੀਂ ਧਾਰਿਆ ਹੋਇਆ, ਬਟ ਮੈਂ ਮੰਨਦਾ ਆਪਣੇ ਵੱਲੋਂ ਬਿਕੋਜ਼ ਕਿਸੇ ਨਾ ਸੰਸਨ ਕੇ ਹੀ ਬੰਦਾ। ਜੀ ਜੀ ਮੈਂ ਤੁਹਾਨੂੰ ਉਹੀ ਦੱਸਣ ਲੱਗਾ, ਚਾਹੇ ਕੋਈ ਸਿੰਗਰ ਆ ਉਹ ਵੀ ਕਿਸੇ ਨੂੰ ਫੋਲੋ ਕਰਦਾ ਹੈ, ਉਹਦੇ ਗਾਣੇ ਸੁਣ ਕੇ ਉੱਥੋਂ ਤੱਕ ਪਹੁੰਚਦਾ। ਅਸੀਂ ਇਹ ਚੀਜ਼ 뮤직 ਡਾਇਰੈਕਸ਼ਨ 'ਚ ਵੀ ਲੈ ਕੇ ਚੱਲਦੇ, ਬਿਕੋਜ਼ ਜਿੰਨੀ ਦੇਰ ਤੱਕ ਅਸੀਂ ਕਿਸੇ ਨੂੰ ਸੁਣਦੇ ਨਹੀਂ ਆ ਜੋ ਸਾਨੂੰ ਪਸੰਦ ਆ, ਉਨੀ ਦੇਰ ਤੱਕ ਅਸੀਂ ਅੱਗੇ ਨਹੀਂ ਆ ਸਕਦੇ। ਮੈਂ ਉਹੀ ਦੱਸ ਰਿਹਾ ਜੀ, ਮੈਂ ਟੂ ਬੀ ਵੈਰੀ ਫਰੈਂਕਲੀ ਮੈਂ ਆਪਣਾ ਉਹਨਾਂ ਨੂੰ ਆਈਡਲ ਮੰਨਦਾ ਜੀ। ਮੈਂ ਮਿਲਿਆ ਨਹੀਂ ਆ, ਸ਼ਾਇਦ ਤੁਹਾਡੇ ਟੀਵੀ ਦੇ ਥਰੂ ਚੈਨਲ ਦਾ ਹੀ ਮੈਂ ਮੇਰੀ ਗੱਲ ਉਹਨਾਂ ਤੱਕ ਪਹੁੰਚ ਜਾਵੇ। ਵਰਲਡ ਫੇਮਸ 뮤직 ਡਾਇਰੈਕਟਰ ਸੁਖਸ਼ਿੰਦਰ ਸ਼ਿੰਦਾ ਜੀ, ਮੈਂ ਉਹਨਾਂ ਦੀ 뮤직 ਤੋਂ ਕਾਫੀ ਇਨਸਪਾਇਰ ਹਾਂ, ਉਹਨਾਂ ਨੂੰ ਕਾਫੀ ਸੁਣਿਆ ਮੈਂ, ਮਤਲਬ ਜਿਹੜੇ ਉਹਨਾਂ ਦਾ ਵੇ ਆ ਵਰਕ ਕਰਨ ਦਾ, ਜੋ ਕੰਮ ਕਰਨ ਦਾ ਤਰੀਕਾ, ਮੈਂ ਉਹਨਾਂ ਤੋਂ ਕਾਫੀ ਇਨਸਪਾਇਰ ਹਾਂ। ਔਰ ਡ੍ਰੀਮਸ ਕੀ ਨੇ ਤੁਹਾਡੇ ਲਾਈਫ ਦੇ ਵਿੱਚ? ਡ੍ਰੀਮਸ ਓਬਵੀਅਸਲੀ ਹੈ, ਮੈਂ ਆਪਣੇ ਆਪ 'ਚ ਮੈਂ ਚਾਹੁੰਦਾ ਕਿ ਮੈਂ ਬੋਲੀਵੁੱਡ ਵਿੱਚ ਮੈਂ ਜਿਹੜੇ ਮੇਰੇ ਸੌਂਗਸ ਹੋਣ ਐਜ਼ ਏ 뮤직 ਮੇਰਾ ਚੱਲੇ ਉੱਥੇ, ਉਹਨਾਂ ਫਿਲਮਾਂ ਦੇ ਵਿੱਚ, ਜਾਂ ਕਹਿ ਲਓ ਕਿ ਇੰਡੀ ਪੋਪ 뮤직 ਵਿੱਚ ਮੇਰਾ ਵੀ 뮤직 ਚੱਲੇ, ਮੇਰੀ ਇਹ ਡ੍ਰੀਮ ਹੈ। ਔਰ ਕੋਈ ਇਹੋ ਜਿਹੀ ਗੱਲ ਜਿਹੜੀ ਤੁਸੀਂ ਦਰਸ਼ਕਾਂ ਦੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ, ਕੋਈ ਯਾਦਗਾਰ ਪਲ ਤੁਹਾਡੀ ਜ਼ਿੰਦਗੀ? ਯਾਦਗਾਰ ਪਲ ਮੈਮ ਇਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਬਚਪਨ ਤੋਂ ਅਸੀਂ ਗਾਣੇ ਸੁਣਦੇ ਆ ਰਹੇ ਹਾਂ, ਕਾਫੀ ਆਰਟਿਸਟ ਜਿਹੜੇ ਐਸੇ ਆ ਜਿਹਨਾਂ ਮੈਂ ਸੁਣਿਆ, ਸੁਰਿੰਦਰ ਸ਼ਿੰਦਾ ਜੀ, ਮਨਪ੍ਰੀਤ ਅਖਤਰ ਜੀ, ਮੇਰੇ ਲਈ ਬਹੁਤ ਪ੍ਰਾਊਡ ਵਾਲੀ ਫੀਲ ਹੈ ਵਾਲੀ ਗੱਲ ਹੈ ਕਿ ਮੈਂ ਉਹਨਾਂ ਨਾਲ ਵਰਕ ਕੀਤਾ ਹੋਇਆ। ਔਰ ਬਹੁਤ ਅੱਜ ਕੱਲ੍ਹ ਜਿਹੜੀ ਯੂਥ ਹੈ ਉਹਨਾਂ ਨੂੰ ਆਈ ਥਿੰਕ ਸੋ, ਮੈਨੂੰ ਨਹੀਂ ਪਤਾ ਕਿ ਉਹ ਸੋਚਦੇ ਵੀ ਹੋਣਗੇ ਕਿ ਅਸੀਂ ਪੁਰਾਣੇ ਆਰਟਿਸਟ ਨਾਲ ਵਰਕ ਕਰੀਏ, ਜਾਂ ਉਹਨਾਂ ਨੂੰ ਰਿਸਪੈਕਟ ਦੇਈਏ, ਜਾਂ ਆਪਣੇ ਆਪ ਨੂੰ ਇੱਕ ਪ੍ਰਾਊਡ ਫੀਲ ਕਰਾਈਏ। ਸੋ ਮੈਨੂੰ ਲੱਗਦਾ ਕਿ ਮੈਂ ਜੇ ਅੱਜ ਜੋ ਅੱਜ ਕੱਲ੍ਹ ਅੱਜ ਕੇ ਯੂਥ ਦੇ ਮੁੰਡੇ ਆ ਉਹਨਾਂ ਦੇ ਮੁਕਾਬਲੇ ਜੇ ਮੈਂ ਪਿੱਛੇ ਹਾਂ, ਬਟ ਮੈਂ ਆਪਣੇ ਆਪ 'ਚ ਪ੍ਰਾਊਡ ਫੀਲ ਕਰਦਾ ਕਿ ਮੈਂ ਉਹਨਾਂ ਆਰਟਿਸਟ ਨਾਲ ਕੰਮ ਕੀਤਾ ਹੋਇਆ ਕਿ ਜਿਨ੍ਹਾਂ ਨੂੰ ਲੋਕ ਸੁਣਨ ਤਰਸਦੇ ਸੀ ਜੀ। ਔਰ ਤੁਸੀਂ ਉਸ ਵੇਲੇ ਤੋਂ ਇੰਡਸਟਰੀ ਦੇ ਵਿੱਚ ਕੰਮ ਕਰ ਰਹੇ ਹੋ ਜਦੋਂ ਤੋਂ ਐਲਬਮਸ ਦਾ ਟ੍ਰੈਂਡ ਸੀਗਾ, ਔਰ ਐਲਬਮਸ ਤੋਂ ਲੈ ਕੇ ਸਿੰਗਲ ਟਰੈਕ ਦੇ ਤੱਕ ਕਿੰਨਾ ਕੁ ਚੇਂਜ ਆਇਆ ਇੰਡਸਟਰੀ ਦੇ ਵਿੱਚ? ਬਹੁਤ ਚੇਂਜ ਆਇਆ, ਤੁਸੀਂ ਸਾਰਾ ਚੇਂਜ ਹੁੰਦਾ ਦੇਖਿਆ ਜੀ 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 ਐਲਬਮਸ ਤੋਂ ਲੈ ਕੇ। ਹਾਂਜੀ ਹਾਂਜੀ, ਮਤਲਬ ਜਦੋਂ ਐਲਬਮਸ ਦਾ ਟ੍ਰੈਂਡ ਚੱਲਦਾ ਸੀਗਾ, ਸੀਡੀਜ਼ ਵਗੈਰਾ ਮਾਰਕੀਟ 'ਚ ਚੱਲਦੀਆਂ ਸੀਗੀਆਂ, ਅਤੇ ਜਦੋਂ ਮੇਰੀ ਮਾਰਕੀਟ 'ਚ ਸੀਡੀ ਆਉਣੀ ਤਾਂ ਅਸੀਂ ਖੁਦ ਬਾਏ ਕਰਨੀ ਜਾ ਕੇ ਰਿਟੇਲਰ ਤੋਂ, ਖੁਦ ਬਾਏ ਕਰਨੀ ਵੀ ਕੰਪਨੀ ਨੂੰ ਲੱਗੇ ਵੀ ਮਾਰਕੀਟ 'ਚ ਕਾਫੀ ਅੱਛਾ ਰਿਸਪੋਂਸ ਆ ਰਿਹਾ, ਲੋਕ ਅੱਛਾ ਸੁਣ ਰਹੇ ਆ, ਅੱਛਾ ਪਸੰਦ ਕਰ ਰਹੇ ਆ। ਸੋ ਅੱਜ ਕੱਲ੍ਹ ਤਾਂ ਸਿੰਗਲ ਟਰੈਕ ਹੈਗਾ, ਤੁਸੀਂ ਡਾਊਨਲੋਡਿੰਗ ਕਰ ਲਓ, ਵਿਊਜ਼ ਦੇਖ ਲਓ, ਵਿਊਜ਼ ਦਾ ਵੀ ਤੁਹਾਨੂੰ ਪਤਾ ਵਿਊਜ਼ ਦਾ ਅੱਜ ਕੱਲ੍ਹ ਕੀ ਸੀਨ ਹੈਗਾ, ਅਤੇ ਉਹਦੇ ਵਿੱਚ ਕਾਫੀ ਚੇਂਜਿਸ ਆਈਆਂ ਨੇ। ਸਟਾਰਟਿੰਗ ਪਹਿਲਾਂ ਇੰਨਾ ਨਹੀਂ ਸੀ ਹੁੰਦਾ, ਵੀ ਅੱਜ ਕੱਲ੍ਹ ਤਾਂ ਸ਼ੋਅ ਆਫ ਬਹੁਤ ਹੋ ਗਿਆ, ਡੇ ਬਾਈ ਡੇ ਤੁਸੀਂ ਅੱਜ ਗਾਣਾ ਅਪਲੋਡ ਕਰੋਗੇ ਅਤੇ 8 ਮਿਲੀਅਨ 10 ਮਿਲੀਅਨ ਹੋ ਜਾਂਦੇ ਨੇ। ਮੈਂ ਸੋਚਦਾ ਨਹੀਂ ਕਿ ਸ਼ਾਇਦ ਅਸੀਂ ਵੀ ਇੰਡਸਟਰੀ 'ਚ ਬੈਠੇ ਹਾਂ, ਅਸੀਂ ਲੋਕਾਂ ਨੇ ਉਹ ਚੀਜ਼ ਦੇਖੀ ਨਹੀਂ ਹੁੰਦੀ, ਬਟ ਉਹ ਜਦੋਂ ਪੋਸਟ ਦੇਖੀ ਦੀ ਹੈ ਫੇਸਬੁੱਕ 'ਤੇ ਜਾਂ ਵਟਸਐਪ 'ਤੇ ਵੀ 8 ਮਿਲੀਅਨ ਵਿਊਜ਼, 10 ਮਿਲੀਅਨ ਵਿਊਜ਼ ਇਨ 3 ਡੇਜ਼, ਸੋ ਕਾਫੀ ਲੱਗਦਾ ਯਾਰ ਕਿਹੜੇ ਮੁਲਕ 'ਚ ਗਾਣੇ ਸੁਣਾ ਕੇ ਆ ਗਏ ਨੇ ਜਿਹੜੇ ਅਸੀਂ ਨਹੀਂ ਸੁਣੇ। ਤੁਸੀਂ ਕੀ ਲੱਗਦਾ ਕਿ ਉਹ ਜ਼ਿਆਦਾ ਵੇਲਾ ਵਧੀਆ ਸੀਗੇ, ਹੁਣ ਵਾਲਾ ਵੇਲਾ ਵਧੀਆ ਸਿੰਗਲ ਟਰੈਕ ਵਾਲਾ? ਸੌਖਾ ਹੋਣਾ ਕਿ ਇੱਕੋ ਹੀ ਟਰੈਕ ਕੱਢਿਆ ਅਤੇ ਫਟਾਫਟ ਮਾਰਕੀਟ 'ਚ ਲੈਂਦਾ, ਜਾਂ ਡੀਕਦੇ ਰਹੋ ਕਿ ਇੰਨੀ ਲੰਬੀ ਐਲਬਮ ਦੇ ਵਿੱਚ 8-7 ਗਾਣੇ ਇਕੱਠੇ ਕਰੀਏ ਅਤੇ ਫਿਰ ਮਾਰਕੀਟ 'ਚ ਲਾਂਚ ਕਰੀਏ? ਦੇਖੋ ਮੈਡਮ, ਟਾਈਮ ਉਹ ਵੀ ਅੱਛਾ ਸੀਗਾ, ਟਾਈਮ ਇਹ ਵੀ ਅੱਛਾ ਹੈ। ਉਸ ਟਾਈਮ ਵਿੱਚ ਇੱਕ ਕਰਿਓਸਿਟੀ ਹੁੰਦੀ ਸੀਗੀ, ਅਸੀਂ ਜੇ ਪ੍ਰੋਜੈਕਟ ਚੱਲ ਰਿਹਾ, ਸਪੋਜ਼ ਕਿਸੇ ਸਿੰਗਲ ਪਰਸਨ ਦਾ ਚੱਲ ਰਿਹਾ, ਇੱਕ ਸਿੰਗਲ ਆਰਟਿਸਟ ਦਾ ਚੱਲ ਰਿਹਾ, ਅਤੇ 8 ਗਾਣੇ ਚੱਲ ਰਹੇ ਆ, 4 ਮੇਰੇ ਹੋਣਗੇ ਜਾਂ 2 ਮੇਰੇ ਹੋਣਗੇ ਜਾਂ ਸਾਰੇ ਮੇਰੇ ਹੋਣਗੇ, ਉਹ ਇੱਕ ਪ੍ਰਾਊਡ ਫੀਲ, ਉਹ ਵੀ ਪ੍ਰਾਊਡ ਫੀਲ ਹੁੰਦਾ ਸੀ। ਜੇ ਮਲਟੀ ਪ੍ਰੋਜੈਕਟ ਚੱਲ ਰਿਹਾ ਤਾਂ ਉਹਦੇ ਵਿੱਚ ਇਹ ਹੁੰਦਾ ਸੀਗਾ ਵੀ 9 ਆਰਟਿਸਟ ਹੋਣਗੇ ਜਾਂ 8 ਆਰਟਿਸਟ ਹੋਣਗੇ, ਸਭ ਨੂੰ ਸੀਗਾ ਕਿ ਇੱਕੋ ਹੀ ਸਿੰਗਰ ਦਾ ਸਾਰੇ ਦਾ ਸਾਰੇ, ਮਤਲਬ ਉਸਨੇ ਮਲਟੀ ਪ੍ਰੋਜੈਕਟ ਦਾ ਵੀ ਟ੍ਰੈਂਡ ਸੀਗਾ ਵੀ 4 ਆਰਟਿਸਟ ਆਪਾਂ ਮਤਲਬ ਬਿਗ ਫੇਮਸ ਲੈ ਲੈਂਦੇ ਹਾਂ ਅਤੇ 5 ਨਿਊ ਕਮਰ ਲੈ ਲੈਂਦੇ ਹਾਂ, ਉਹ ਟ੍ਰੈਂਡ ਵੀ ਮੈਂ ਦੇਖਿਆ। ਸੋ ਅੱਜ ਕੱਲ੍ਹ ਇੱਕ ਚੀਜ਼ ਇਹ ਵੀ ਆ ਗਈ ਹੋਈ ਹੈ ਵੀ ਤੁਹਾਡਾ ਇੱਕ ਸਿੰਗਲ ਟਰੈਕ ਵੀ ਰਿਲੀਜ਼ ਹੁੰਦਾ ਅਤੇ ਕੁਛ ਹੱਦ ਤੱਕ ਵਧੀਆ ਵੀ ਹੈ, ਜਿਹੜੇ ਜਿਹੜਾ ਸਾਰਾ ਲੋਕਾਂ ਨੇ ਐਫਰਟ ਲਾਉਣੇ ਹੁੰਦੇ ਸੀ ਪੂਰੇ ਪ੍ਰੋਜੈਕਟ 'ਤੇ, ਉਹ ਇੱਕ ਸਿੰਗਲ ਟਰੈਕ 'ਤੇ ਲਾ ਦਿੰਦੇ, ਵਧੀਆ ਤਰੀਕੇ ਨਾਲ ਵੀਡੀਓ ਹੋ ਜਾਂਦੀ ਹੈ, ਪ੍ਰਮੋਸ਼ਨ ਹੋ ਜਾਂਦੀ ਹੈ ਥਾਂ ਥਾਂ 'ਤੇ। ਸੋ ਉਹ ਵੀ ਵੇਲਾ ਅੱਛਾ ਸੀ, ਇਹ ਵੀ ਵੇਲਾ ਅੱਛਾ। ਹੁਣ ਤਾਂ ਸਿੰਗਲ ਟਰੈਕਸ 'ਤੇ ਇੰਨੀ ਮਿਹਨਤ ਕਰਦੇ ਨੇ ਸਾਰੇ, ਇੱਕ ਮੂਵੀ ਵਾਂਗੂ ਲੱਗਦਾ ਹੈ ਕਿ ਹਾਂ ਜਿਵੇਂ ਮੂਵੀ ਦਾ ਟਰੈਕ ਕੁਆਲਿਟੀ, ਪਿਕਚਰ ਕੁਆਲਿਟੀ ਔਰ ਵੀਡੀਓਜ਼ ਸਾਰਾ ਕੁਝ ਬਹੁਤ ਵਧੀਆ ਹੋ ਗਿਆ ਜੀ। ਸਰ ਫਿਊਚਰ 'ਚ ਕੀ ਲੈ ਕੇ ਆ ਰਹੇ ਹੋ ਦਰਸ਼ਕਾਂ ਦੇ? ਫਿਊਚਰ 'ਚ ਮੈਡਮ ਮੇਰੇ ਕਾਫੀ ਟਰੈਕ ਜਿਹੜੇ ਰਿਲੀਜ਼ ਹੋਣ ਨੂੰ ਰੈਡੀ ਨੇ, ਲਾਈਕ ਮਨਜੀਤ ਰੂਪਵਾਲੀਆ ਜੀ ਦਾ ਟਰੈਕ ਰੈਡੀ ਹੈ, ਜੈਲੀ ਜੀ ਦਾ ਟਰੈਕ ਰੈਡੀ ਹੈਗਾ, ਪ੍ਰਵੀਨ ਵਿੱਕੀ ਭਾਅ ਜੀ ਉਹਨਾਂ ਦਾ ਟਰੈਕ ਰੈਡੀ ਹੈ। ਸੋ ਕੁਛ ਪ੍ਰੋਜੈਕਟ ਆਪਾਂ ਰੈਡੀ ਕਰਨੇ ਆ, ਦੀਪਕ ਢਿੱਲੋਂ ਜੀ ਦਾ, 2-3 ਹੋਰ ਆਰਟਿਸਟ ਹੈਗੇ ਜਿਹਦੇ ਨਾਲ ਗੱਲ ਚੱਲ ਰਹੀ ਹੈ, ਸੁਖਵਿੰਦਰ ਸੁੱਖੀ ਜੀ, ਸਾਰੇ ਆਰਟਿਸਟ ਨਾਲ ਆ ਰਿਹਾ ਰੈਡੀ ਹੋ ਕੇ। ਸੋ
ਪਲਾਨ ਕਾਫੀ ਹੈ, ਬਿਗ ਹੈ, ਅੱਛੇ ਹੋਰ ਟਰੈਕ ਸੁਣਨ ਨੂੰ ਮਿਲਣਗੇ ਤੁਹਾਨੂੰ। ਸਮਾਂ ਇਜਾਜ਼ਤ ਨਹੀਂ ਦਿੰਦਾ, ਪਰ ਜਾਂਦੇ ਜਾਂਦੇ ਕੋਈ ਛੋਟਾ ਜਿਹਾ ਮੈਸੇਜ ਸਾਡੇ ਦਰਸ਼ਕਾਂ ਨੂੰ ਦੇ। ਦੇਖੋ ਜੀ, ਮੈਸੇਜ ਦੇਣ ਯੋਗਾ ਤਾਂ ਹਾਲੇ ਮੈਂ ਹੋਇਆ ਨਹੀਂ ਹਾਂ। ਮੈਂ ਇੱਕ ਛੋਟੀ ਜਿਹੀ ਰਿਕੁਐਸਟ ਕਰ ਸਕਦਾ ਕਿ ਜੇ ਆਪਾਂ ਕੁਛ ਅੱਛਾ ਸੁਣੀਏ, ਅੱਛਾ ਦੇਖੀਏ ਔਰ ਅੱਛਾ ਕਰੀਏ, ਨਸ਼ਿਆਂ ਤੋਂ ਬਚ ਕੇ ਰਹੀਏ, ਆਪਣੇ ਜਿਹੜੀ ਸਾਨੂੰ ਇੱਕ ਲਾਈਫ ਮਿਲੀ ਹੈ ਇਹਨੂੰ ਆਪਾਂ ਅੱਛੇ ਤਰੀਕੇ ਨਾਲ ਸਪੈਂਡ ਕਰੀਏ। ਆਪਾਂ ਨਸ਼ਿਆਂ 'ਚ ਨਾ ਆਪਣੀ ਜਵਾਨੀ ਰੋਲੀਏ, ਨਾ ਆਪਾਂ ਗਲਤ ਚੀਜ਼ ਵੱਲ ਜਾਈਏ ਔਰ ਖੁਸ਼ੀ ਖੁਸ਼ੀ ਰਹੀਏ। ਜੀ, ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ, ਤੁਹਾਡਾ ਬਹੁਤ ਬਹੁਤ ਥੈਂਕ ਯੂ। ਮੇਰਾ ਵੀ ਦਿਲੋਂ ਧੰਨਵਾਦ ਤੁਹਾਨੂੰ ਸਰ, ਪੂਰੀ ਟੀਮ ਨੂੰ। ਸੋ ਇਹ ਸਨ ਸਾਡੇ ਨਾਲ ਮਿੱਕੂ ਸਿੰਘ, ਜਿਨ੍ਹਾਂ ਨੇ ਸਾਨੂੰ ਮਿਊਜ਼ਿਕ ਦੀਆਂ ਬਰੀਕੀਆਂ ਬਾਰੇ ਜਾਣਕਾਰੀ ਦਿੱਤੀ। ਇਸੇ ਤਰ੍ਹਾਂ ਖਾਸ ਖਾਸ ਚਿਹਰਿਆਂ ਨੂੰ ਤੁਹਾਡੇ ਨਾਲ ਮਿਲਵਾਉਂਦੇ ਰਹਾਂਗੇ। ਮਿਲਦੇ ਹਾਂ ਇੱਕ ਹੋਰ ਨਵੇਂ ਚਿਹਰੇ ਦੇ ਨਾਲ, ਤਦ ਤੱਕ ਲਈ ਜੁੜੇ ਰਹੋ ਪੰਜਾਬ 1 TV ਦੇ ਨਾਲ। ਬਹੁਤ ਬਹੁਤ ਧੰਨਵਾਦ।